अस्सलामुअलैकुम सलामकुम बेलियो तो सजनों अज तुहानू मैं गल सुनाउणी आ भी चिड़िया चिलत्र दा डब्बा किनू कहिंदे ते किवें बणाईंदा। एक सदागर सीगा ओ गया ब्याया ते चलिया सदागरी ते उहदी बुढ़ी सी बद चलण। सदागर विचारा सी सीधा साधा अपने अरगा। जदों चलिया सदागरी ते उहने कहा मैं ते जाणा नाल। उहने कहा नाल तूं किवें जाणा, तूं बुढ़ी मैं सदागरी करनी, ਇਹ ਤੇ ਚੱਸ ਨਹੀਂ ਆਉਣੀ, ਤੂੰ ਰਹਿ ਔਖੀ ਸੌਖੀ ਘਰੇ ਤੇ ਜਿਹੜੀ ਤੂੰ ਗੱਲ ਕਹਿਨੀ ਉਹ ਮੈਂ ਤੇਰੀ ਪੂਰੀ ਕਰ। ਉਹਨੇ ਕਿਹਾ ਫਿਰ ਮੇਰੇ ਦੋ ਸਵਾਲ ਆ। ਉਹਨੇ ਕਿਹਾ ਦੱਸ। ਉਹਨੇ ਕਿਹਾ ਇੱਕ ਤਾਂ ਆਪਦਾ ਵੱਡਾ ਸਾਰਾ ਫੋਟੋ ਜਿਹੜਾ ਨਾ ਉਹ ਸਰਦਨ ਦੇ ਵਿਚਾਲੇ ਲਾ ਦੇ, ਜੇ ਮੈਂ ਅੰਦਰ ਵੜੂ ਤੇ ਤਦ ਵੇਖ ਲੂੰ ਤੇ ਮੈਂ ਹੌਸਲੇ 'ਚ ਰਹੂੰ, ਅਤੇ ਜੇ ਮੈਂ ਬਾਹਰ ਨਿਕਲੂੰਗੀ ਤੇ ਤਦ ਵੇਖ ਲੂੰਗੀ ਤੇ ਮੇਰਾ ਦਿਲ ਥਾਵੇਂ ਰਹੂਗਾ। ਅਤੇ ਇੱਕ ਆਉਣ ਲੱਗਾ, ਤੂੰ ਲਿਆਉਣਾ ਵਾ ਮੇਰੇ ਵਾਸਤੇ ਚਿੜੀਆ ਚਲਿੱਤਰ ਦਾ ਡੱਬਾ, ਜੇ ਤੂੰ ਨਾ ਲਿਆਵੇਂ ਤੇ ਫਿਰ ਮੈਂ ਤੈਨੂੰ ਸਾਰੀ ਉਮਰ ਕਹਿਣਾ ਵੀ ਤੂੰ ਹਰਾਮ ਦਾ। ਉਹ ਵਿਚਾਰਾ ਸਾਹ ਸੀ, ਉਹਨੂੰ ਕੀ ਪਤਾ, ਉਹਨੇ ਕਿਹਾ ਚਿੜੀਆ ਚਲਿੱਤਰ ਦਾ ਡੱਬਾ 100 ਨਾ 200 ਦਾ ਆਜੂ, 1000 ਦਾ ਆਜੂ, ਇਹ ਕਿਹੜੀ ਗੱਲ। ਉਹਨੇ ਕਿਹਾ ਜੀ ਠੀਕ ਹੈ, ਤੇਰਾ ਮੇਰਾ ਵਾਅਦਾ ਹੋ ਗਿਆ। ਅਤੇ ਖਿੱਚ ਕੇ ਤਸਵੀਰ ਲਾ ਤੀ ਉੱਥੇ ਆਪਦੀ ਸਰਦਨਾ ਦੇ ਵਿਚਾਲੇ ਕਰਕੇ ਦਰਵਾਜ਼ੇ ਦੇ। ਮਗਰੋਂ ਆ ਗਿਆ ਕੋਈ ਉਹਦਾ ਵੇਲੀ, ਉਹਨੇ ਆਖਿਆ ਆ ਤੂੰ ਕੀ ਗੰਦ ਮਾਰਿਆ, ਇੱਥੇ 14 ਛਿੱਤਰ ਸੁਬਾਹ ਅਤੇ 14 ਸ਼ਾਮ ਮਾਰੇਗੀ ਤੇ ਮੈਂ ਆਉਣਾ ਨਹੀਂ ਤੇ ਮੈਂ ਕੋਈ ਨਹੀਂ ਆਉਣਾ। ਉਹਨੇ ਕਿਹਾ ਐਵੇਂ ਕੰਜਰ ਲਾ ਗਿਆ, ਮੈਂ ਤਾਂ ਉਹਨੂੰ ਕੋਈ ਨਹੀਂ ਸੀ ਕਿਹਾ ਵੀ ਇੱਥੇ ਤਸਵੀਰ ਜਾਂ ਫੋਟੋ ਐਵੇਂ ਮੈਨੂੰ ਟੰਗ ਗਿਆ, ਤੂੰ 7 ਜਾਂ 14 ਕਹਿੰਦਾ ਮੇਰੇ ਕੋਲ ਭਾਵਾਂ 20 ਮਰਾ ਲਿਆ ਕਰ, ਤੂੰ ਆਇਆ ਕਰ। ਉਹਨੇ ਕਿਹਾ ਠੀਕ। ਉਹ ਆਪਦਾ ਇੱਦਾਂ ਹੀ ਕੰਮ ਚੱਲਦਾ ਰਿਹਾ ਉਹਨਾਂ ਦਾ, ਅਤੇ ਉੱਧਰੋਂ ਉਹਨੇ ਵੀ ਸਦਾਗਰੀ ਸਦੂਗਰੀ ਕਰਕੇ ਤੇ ਜਹਾਜ਼ ਤਿਆਰ ਕਰ ਲਿਆ। ਜੇ ਜਹਾਜ਼ ਤਿਆਰ ਕਰ ਲਿਆ ਤਾਂ ਚੇਤਾ ਆ ਗਿਆ। ਉਹਨੇ ਕਿਹਾ ਯਾਰ ਵੀ ਮੈਂ ਤਾਂ ਲੈਣਾ ਚਿੜੀਆ ਚਲਿੱਤਰ ਦਾ ਡੱਬਾ, ਤਾਂ ਤੁਸੀਂ ਮਿੰਟ ਕੱਢੋ। ਅਤੇ ਮੈਂ ਆਇਆ ਚਿੜੀਆ ਚਲਿੱਤਰ ਦਾ ਡੱਬਾ ਲੈ ਕੇ, ਚਲਿਆ ਗਿਆ ਰਾਜੇ ਦੀ ਦੁਕਾਨ 'ਤੇ ਵੱਡੀ ਵੇਖ ਕੇ ਚੌਂਕ 'ਚ। ਉਹਨੇ ਕਿਹਾ ਰਾਜਾ ਜੀ ਵੀ ਮੈਨੂੰ ਨਾ ਕਾਲ ਬੜੀ ਆ, ਜਹਾਜ਼ ਮੇਰਾ ਤਿਆਰ ਖੜਾ ਵਾ ਅਤੇ ਮੈਨੂੰ ਚਿੜੀਆ ਚਲਿੱਤਰ ਦਾ ਡੱਬਾ ਫਟਾਫਟ ਦੇ ਦੇ ਇੱਕ। ਉਹਨੇ ਕਿਹਾ ਵੀ ਭਰਾਵਾ ਮੈਂ ਤਾਂ ਸੁਣਦਾ ਤੇਰੇ ਕੋਲੋਂ ਵੀ ਚਿੜੀਆ ਚਲਿੱਤਰ ਦਾ ਡੱਬਾ, ਤੇ ਤੂੰ ਇੱਦਾਂ ਕਰ ਵੀ ਤੂੰ ਇੱਥੋਂ ਦੀ ਗੇੜਾ ਕੱਢ ਦੇ, ਉਹ ਅਗਲੇ ਰਾਜੇ ਦੀ ਦੁਕਾਨ 'ਤੇ ਚਲਿਆ ਜਾ, ਉਹ ਉੱਥੋਂ ਉਮੀਦ ਆ ਵੀ ਵੱਡੀ ਦੁਕਾਨ ਲੱਭ ਜੂ, ਅਤੇ ਮੈਂ ਤਾਂ ਸੁਣਦਾ ਹੀ ਤੇਰੇ ਕੋਲੋਂ ਵਾਂ। ਉਹਨੇ ਕਿਹਾ ਕੋਈ ਰੌਲਾ। ਉਹ ਆਪਦਾ ਫਟਾਫਟ ਉੱਧਰ ਨੂੰ ਭੱਜਾ, ਉਸ ਦੁਕਾਨ 'ਤੇ ਜਾ ਕੇ ਪਤਾ ਕੀਤਾ। ਉਹਨੇ ਕਿਹਾ ਯਾਰ ਮੈਨੂੰ ਫਲਾਣੇ ਚੌਂਕ ਵਾਲੇ ਰਾਜੇ ਨੇ ਘੱਲਿਆ ਵਾ, ਵੀ ਉੱਥੋਂ ਲੱਭਦਾ ਚਿੜੀਆ ਚਲਿੱਤਰ ਦਾ ਡੱਬਾ। ਉਹਨੇ ਕਿਹਾ ਵੀ ਭਰਾਵਾ ਹੈਗੇ ਤਾਂ ਸੀਗੇ, ਉਹ ਪੜ੍ਹਿਆ ਲਿਖਿਆ ਹੋਣਾ ਆਪਣੇ ਵਰਗਾ। ਉਹ ਦੁਕਾਨ 'ਤੇ ਗਿਆ ਅਤੇ ਉਹਨੇ ਕਿਹਾ ਉਹ ਪੜ੍ਹਿਆ ਲਿਖਿਆ ਸੀਗਾ ਅਤੇ ਉਹ ਜਾਣਦਾ ਸੀ ਵੀ ਉਹ ਚਾਤਰ ਬੁੜੀ ਉਹ ਬਣਾ ਦੂਗੇ ਇਹਨੂੰ ਚਿੜੀਆ ਚਿੱਲਤਰ ਦਾ ਡੱਬਾ, ਅਤੇ ਬੰਦੇ ਬੰਦਿਆਂ 'ਤੇ ਅੱਕੇ ਵੀ ਬੜੇ ਹੁੰਦੇ। ਉਹ ਫਵਾ ਕੁੱਟਣ ਕੋਲ ਉਹਨੇ ਘੱਲਤਾ ਤਾ, ਜਦੋਂ ਗਿਆ ਉਹਨੇ ਚੁੰਮਿਆ ਸਿਰ ਮੱਥਾ। ਉਹਨੇ ਕਿਹਾ ਵੀ ਪੁੱਤ ਇੰਨੇ ਡੱਬੇ ਪਏ ਸੀ ਵੀ ਕੀੜੇ ਵੀ ਨਹੀਂ ਸੀ ਖਾਂਦੇ, ਅਤੇ ਪਰ ਗਏ ਵੇਖ, ਅਤੇ ਤੂੰ ਹੁਣ ਇੱਦਾਂ ਕਰ ਵੀ ਅੱਜ ਸਾਈ ਦੇ ਜਾ, 8 ਦਿਨਾਂ ਦੇ ਵਿੱਚ ਚਿੜੀਆ ਚਿੱਲਤਰ ਦਾ ਡੱਬਾ ਮੈਂ ਤਿਆਰ ਕਰ ਦੂੰਗੀ। ਉਹਨੇ ਕਿਹਾ ਠੀਕ ਆ। ਉਹਨੇ ਕਿਹਾ ਭੈਣ ਦੀਆ ਕਹਿ ਵੀ ਜਿਹਦੀ ਸਾਈ 3000 ਉਹ ਹੋਊ ਕਿੰਨੇ ਦਾ, ਅਤੇ ਵੇਖਣਾ ਤਾਂ ਹੁਣ ਜ਼ਰੂਰ ਆ ਵੀ ਚਿੜੀਆ ਚਿੱਲਤਰ ਦਾ ਡੱਬਾ ਹੁੰਦਾ ਕੀ ਆ। ਅਤੇ ਚਲੋ ਹੁਣ ਬਈ ਚੱਲ ਕੇ ਜਹਾਜ਼ ਵਾਲਿਆਂ ਨੂੰ ਕਹਿੰਦੇ ਫਿਰੋ ਟੁਰੋ 8 ਦਿਨ ਮੌਜ ਮਾਰੋ। ਉਹ ਆਪਦਾ ਜੀ ਜਾ ਕੇ ਕਹਿੰਦਾ ਵੀ ਆਪਾਂ ਨੂੰ ਰੁਕਾਵਟ ਆ ਗਈ ਆ, 8 ਦਿਨ ਦੀ ਫਵਾ ਕੁੱਟਣ ਨੂੰ 3000 ਰੁਪਈਆ ਦੇ ਆ। ਇੱਕ ਸੁਨਿਆਰਾ ਸੀਗਾ, ਉਹ ਕਹਿਣ ਲੱਗਾ ਵੀ ਲੋਕ ਗੱਲ ਕਰਦੇ ਫਲਾਣੇ ਦੀ ਬੁੜੀ ਇੱਦਾਂ, ਫਲਾਣੇ ਦੀ ਬੁੜੀ ਇੱਦਾਂ, ਫਲਾਣੇ ਦੀ ਇੱਦਾਂ, ਮੇਰੀ ਰੱਖੀ ਆ 7 ਜੰਦਿਆਂ ਦੇ ਅੰਦਰ ਜਾ ਖਾਂ ਵਾਹ ਵੀ ਨੰਗੇ ਆ ਚਿੜੀ ਉਦੋਂ ਦੀ, ਅਤੇ ਮੇਰੀ ਬੁੜੀ ਦੀ ਕੋਈ ਗੱਲ ਕਰਕੇ ਵਿਖਾ ਦੇ। ਉਹ ਫਵਾ ਕੁੱਟਣ ਦਾ ਰਾਬਤਾ ਸੀ ਉਹਦੇ ਨਾਲ, ਫਵਾ ਕੁੱਟਣੇ ਨਾ ਸੁਰੰਗ ਮਾਰਨ ਵਾਲੇ ਸੱਦ ਲਏ। ਉਹਨੇ ਕਿਹਾ ਦੱਸੋ ਮੇਰੇ ਘਰ 'ਚੋਂ ਸੁਨਿਆਰੀ ਦੇ ਮੰਜੇ ਥੱਲੇ ਸੁਰੰਗ ਕੱਢਣ ਦੇ ਕਿੰਨੇ ਪੈਸੇ ਲਵੋਂਗੇ, ਅਤੇ ਸੁਨਿਆਰੀ ਵੀ ਅੱਖੀ ਸੀ ਸੁਨਿਆਰੇ 'ਤੇ। ਉਹਨੇ ਕਿਹਾ ਨਿਕਲ ਮੰਮੀ ਜਾਣਾ ਜੇ ਕਢਾਵੇਂ ਤੂੰ, ਤਾਂ ਪੈਸੇ ਲੈ ਲਈ ਜਿੰਨੇ ਮਰਜ਼ੀ। ਉਹਨੇ ਕਿਹਾ ਠੀਕ। ਉਹਨੇ ਕਿਹਾ ਵਾਹ ਵਾਹ ਸਾਧੂ ਜਿਹਾ ਸੁਦਾਗਰ ਅੜ ਗਿਆ, ਹੁਣ ਇਹਦੀ ਕੁੰਡੀ ਫਿੱਟ ਕਰਦੇ। ਉਸ ਸੁਰੰਗ ਵਾਲਿਆਂ ਨੇ 11-12 ਹਜ਼ਾਰ ਰੁਪਈਆ ਮਕੋਤਾ ਜਦੋਂ ਆਇਆ ਦੂਏ ਤੀਏ ਦਿਨ। ਉਹਨੇ ਕਿਹਾ ਵੀ ਪੁੱਤ ਤੇਰੀ ਸਾਈ ਹੋ ਗਈ ਆ ਅਤੇ ਡੱਬਾ ਬਣਨ ਲੱਗ ਪਿਆ, ਅਤੇ ਉਹ 8ਵੇਂ ਦਿਨ ਆ ਗਈ ਤਲਾ ਕਰੂਗਾ ਬਣ ਜੂ। ਲਓ ਜੀ 8ਵੇਂ ਦਿਨ ਉਹ ਆ ਗਿਆ, ਉਹਨੇ ਵੀ ਸੁਰੰਗ ਜਾ ਥੱਲੇ ਮਾਰੀ। ਉਹਨੇ ਕਿਹਾ ਲੈ ਇੱਥੋਂ ਦੀ ਭੱਜਾ ਜਾ, ਉਹ ਡੱਬਾ ਲੈ ਗਈ ਹੈ, ਅਤੇ ਉਹਨੂੰ ਕਹਿ ਵੀ ਮੈਨੂੰ ਘੱਲਿਆ ਵਾ ਅੰਮਾ ਫਵਾ ਕੁੱਟਣ ਨੇ, ਅਤੇ ਤੂੰ ਆਪਦੇ ਪੈਸੇ ਲੈ ਲਾ ਅਤੇ ਡੱਬਾ ਮੈਨੂੰ ਦੇ। ਉਹ ਗਿਆ ਸੁਰੰਗ ਥਣੀ ਅਲੀ ਅਲੀ ਕਰਦਾ ਉੱਥੇ, ਉੱਥੇ ਸੁਨਿਆਰੀ ਢਕੀ 7 ਜੰਦਿਆਂ ਦੇ ਅੰਦਰ। ਹਾਂ ਵੇ ਉਹਨੇ ਕਿਹਾ ਭੈਣ ਵੀ ਮੈਨੂੰ ਫਵਾ ਕੁੱਟਣ ਨੇ ਘੱਲਿਆ, ਅਤੇ ਮੈਨੂੰ ਦੇ ਚਿੜੀਆ ਚਿੱਲਤਰ ਦਾ ਡੱਬਾ ਅਤੇ ਆਪਦੇ ਪੈਸੇ ਲੈ ਲਾ ਜਿਹੜਾ ਤੂੰ ਕੱਲ੍ਹ ਲਿਆਈ।
ਉਹਨੇ ਕਿਹਾ ਉਹਦਾ ਢੂਗਾ ਮਾੜ ਚਿੜੀਆ ਚਲਿੱਤਰ ਹੈਗੀਆਂ ਮੈਂ ਸੋਹਣੀ ਬਹੁਤ ਸੀ ਸੁਨਿਆਰੀ ਅਤੇ ਮੈਂ ਸੁਨਿਆਰੇ ਨਾਲ ਵਾਧਾ ਘਾਟਾ ਕਰਨਾ ਅਤੇ ਤੇਰੇ ਨਾਲ ਜਾਣਾ ਮੈਂ ਹੀ ਹਾਂ ਚਿੜੀਆ ਚਲਿੱਤਰ ਉਹਨੇ ਕਿਹਾ ਚਲੋ ਉਹ ਸੌਦਾਗਰ ਵੀ ਮੰਨ ਗਿਆ ਮੁਤਮਿਨ ਹੋ ਗਿਆ ਉਹਨੇ ਕਿਹਾ ਲੈ ਇੱਦਾਂ ਕਰ ਵੀ ਆਹ ਟੂਬਾ ਲਈ ਜਾ ਅਤੇ ਫਲਾਨੀ ਦੁਕਾਨ ਸੁਨਿਆਰੀ 'ਤੇ ਤਲਾ ਕੇ ਅਤੇ ਉਹਦੇ ਆਉਣ ਤੋਂ ਤੂੰ ਪਹਿਲਾਂ ਆਉਣਾ ਅਤੇ ਨਿਸ਼ਾਨੀ ਨਹੀਂ ਲਾਉਣ ਦੇਣੀ ਟੂਬਾਂ ਜੋ ਉਹਦੀਆਂ ਸੀ ਉਹਨੇ ਟੂਬਾਂ ਸੋਨੇ ਦੀਆਂ ਚੱਕੀਆਂ 'ਤੇ ਲੈ ਕੇ ਭੱਜ ਗਿਆ ਸਰੋਂਗ ਥਾਣੀ ਲਿਜਾ ਕੇ ਕਹਿੰਦਾ ਬਾਈ ਸਲਾਮ ਵਾਲੇਕਮ ਉਹਨੇ ਕਿਹਾ ਵਾਲੇਕਮ ਸਲਾਮ ਉਹਨੇ ਕਿਹਾ ਸੋਨੇ ਦੀਆਂ ਟੂਬਾਂ ਤੋਲੇ ਨਾ ਮੈਨੂੰ ਸ਼ੱਕ ਜੀ ਆ ਇਹਨਾਂ 'ਤੇ ਵੀ ਜਿਵੇਂ ਘੱਟ ਹੁੰਦਾ ਵਜਨ ਸੁਨਿਆਰਾ ਨਾਲੇ ਟੂਬਾਂ ਤੋਲੇ ਨਾਲੇ ਉਹਦੇ ਵੱਲ ਵੇਖੇ ਉਹਨੇ ਕਿਹਾ ਟੂਬਾਂ ਮੇਰੀਆਂ ਪੰਜਾਂ ਸੱਤਾਂ ਜਾਂਦਿਆਂ ਦੇ ਅੰਦਰ ਮੇਰੀ ਸੁਨਿਆਰੀ ਤਾੜੀ ਆ ਅਤੇ ਉਹ ਗਾਂਹ ਪੇਟੀਆਂ 'ਚ ਪਈਆਂ ਅਤੇ ਟੂਬਾਂ ਮੇਰੇ ਕੋਲ ਆਈਆਂ ਪਈਆਂ ਮੈਂ ਤਾਂ ਨਹੀਂ ਭੁੱਲਦਾ ਪੈ ਗਿਆ 6-5 'ਚ ਉਹਨੇ ਕਿਹਾ ਯਾਰ ਮੇਰੇ ਮੂੰਹ ਵੱਲਾਂ ਕਿ ਮੈਂ ਨਾ ਮੈਂ ਤੇਰੇ ਕੋਲ ਵਜਨ ਕਰਾਉਣ ਆਇਆ ਤੇਰੀ ਦੁਕਾਨ ਪਾਈ ਆ ਤੂੰ ਵਜਨ ਕਰ ਮੈਂ ਜਾਣਾ ਮੈਨੂੰ ਕਾਹਲ ਆ ਉਹਨੇ ਵਜਨ ਕਰਤਾ ਉਹਨੇ ਕਿਹਾ ਵੀ ਇੰਨਾ ਨਹੀਂ ਇਹ ਠੀਕ ਹੀ ਆ ਲੱਗਾ ਨਿਸ਼ਾਨੀ ਲਾਉਣ ਉਹਨੇ ਕਿਹਾ ਨਿਸ਼ਾਨੀ ਤੂੰ ਕਾਹਤੋਂ ਲਾਉਣੀ ਬਈ ਕੀ ਬਿਮਾਰੀ ਮੈਂ ਆਪਦੀਆਂ ਟੂਬਾਂ ਚੱਕੀਆਂ ਦੇ ਆ ਗਿਆ ਫਟਾਫਟ ਸੁਨਿਆਰੀ ਨੂੰ ਫੜਾ ਕੇ ਉਹਨੇ ਕਿਹਾ ਮੰਜੇ ਥੱਲੇ ਹੋ ਜਾ ਤੇ ਵੀ ਹੁਣ ਭੜਤੂ ਪੈਂਦਾ ਚਿੜੀਆ ਚਿੱਲ ਤਾਂ ਡੱਬਾ ਬਣਦਾ ਵੇਖੀ ਸੁਨਿਆਰੇ ਨੇ ਦਵਾ ਦਵਾ ਆਪਦਾ ਜੋ ਮੋਛਣੀ ਸੰਭਾਲ ਕੇ ਸੌਦਾ ਪਤਾ ਦੁਕਾਨ ਲਾਈ ਕੇ ਭੱਜਿਆ ਉਹ ਕਹਿੰਦੀ ਕੀ ਗੱਲ ਆ ਗਿਆ ਮੈਨੂੰ ਕੋਈ ਕੰਮ ਸੀ ਸੱਤ ਜਾਂਦੇ ਖੋਲ੍ਹੇ ਉਹ ਮੰਜੇ ਥੱਲੇ ਬੈਠਾ ਹੁਣ ਸਰੋਂਗ 'ਚ ਉੱਤੇ ਕੋਈ ਗੱਤਾ ਗੁੱਤਾ ਦਿੱਤਾ ਆਹੂ ਖੋਲ੍ਹੀ ਪੇਟੀ ਖੋਲ੍ਹ ਕੇ ਪੇਟੀ 'ਤੇ ਟੂਬਾਂ ਵੇਖੀਆਂ ਅਤੇ ਉੱਥੇ ਪਈਆਂ ਸਹੀ ਸਲਾਮਤ ਉਹਨੇ ਗੱਲ ਹੈ ਵੀ ਆਹ ਟੂਬਾਂ ਹੁਣੇ ਮੇਰੇ ਹੱਥ 'ਚ ਧੁੱਲ ਕੇ ਆਈਆਂ ਇੱਥੇ ਕਿਹੜਾ ਹਵਾ ਕਿਹੜਾ ਜਿੰਨ ਕਿਹੜਾ ਭੂਤ ਜਿਹੜਾ ਲੈ ਆਉਂਦਾ ਅਖੇ ਕਿੱਦਾਂ ਆਇਆ ਸੀ ਸੁਨਿਆਰਿਆ ਕੋਈ ਸ਼ੱਕ ਪੈ ਗਈ ਸੀ ਉਹ ਨਹੀਂ ਉਹਦਾ ਸ਼ੱਕ ਸ਼ੁੱਕ ਤਾਂ ਕੋਈ ਨਹੀਂ ਮੈਨੂੰ ਕੰਮ ਸੀ ਉਹ ਜਾ ਕੇ ਦੁਕਾਨ 'ਤੇ ਬੈਠਾ ਉਹਨੇ ਚਾਂਦੀ ਦੀਆਂ ਫੜਾਤੀਆਂ ਭੱਜ ਕੇ ਆਹ ਤਲਾ ਲਿਆ ਜਦੋਂ ਉਹ ਲੈ ਕੇ ਗਿਆ ਉਹਨੇ ਗੱਲ ਵੀ ਮਰ ਥਾਂ 'ਤੇ ਗਏ ਇਹ ਚੱਕਰ ਕੀ ਆ ਆਹ ਵੀ ਟੂਬਾਂ ਚਾਂਦੀ ਦੀਆਂ ਮੇਰੀ ਬੁੜੀ ਦੀਆਂ ਉਹਨੇ ਕਿਹਾ ਕੀ ਗੱਲ ਆ ਤੋਲਦਾ ਨਹੀਂ ਮੇਰੇ ਮੂੰਹ ਵੱਲਾਂ ਮੇਰਾ ਕੋਈ ਮੇਰੇ ਮੂੰਹ 'ਤੇ ਅਲਹਬੇ ਲਿਖੀ ਆ ਛੇਤੀ ਕਰ ਮੈਨੂੰ ਕਾਲ ਤਲਾਇਆ ਵਜਨੇ ਨਹੀਂ ਕਹਿੰਦਾ ਠੀਕ ਹੀ ਆ ਲੱਗਾ ਨਿਸ਼ਾਨੀ ਲਾਉਣ ਕਿਹਾ ਨਿਸ਼ਾਨੀ ਕਾਹਤੋਂ ਲਾਉਣੀ ਮੇਰੀਆਂ ਟੂਬਾਂ ਮੈਂ ਨਹੀਂ ਲਵਾਉਂਦਾ ਨਿਸ਼ਾਨੀ ਲੈ ਕੇ ਅਤੇ ਲਿਆਣ ਕੇ ਦਵਾ ਦਾ ਉਹ ਵੀ ਪੇਟੀ ਥਾਣੀ ਉਹ ਸਰੋਂਗ ਥਾਣੀ ਆਣ ਕੇ ਪੇਟੀ 'ਚ ਰੱਖਤੀਆਂ ਸੁਨਿਆਰਾ ਫੇਰ ਭੱਜਾ ਵਿਚਾਰਾ ਸੱਤੇ ਜਾਂਦੇ ਫੇਰ ਖੋਲ੍ਹੇ ਖੋਲ੍ਹ ਕੇ ਅਤੇ ਆਣ ਪੇਟੀ ਖੋਲ੍ਹੀ ਉਹ ਮੰਜੇ ਥੱਲੇ ਮਾਸਟਰ ਵਰਗਾ ਸਲਾਮਾਂ ਲੈ ਕੇ ਮੈਂ ਉਹਨੇ ਕਿਹਾ ਕੀ ਗੱਲ ਕੀ ਤੈਨੂੰ ਭੜਤੂ ਕਾਹਦਾ ਪਿਆ ਕਦੇ ਆਉਂਦਾ ਕਦੇ ਜਾਂਦਾ ਵੀ ਮੈਂ ਸੱਤਾਂ ਜਾਂਦਿਆਂ ਤਾਂ ਉਹ ਵਿੱਚੋਂ ਉੱਡ ਚੱਲੀ ਹਾਂ ਅਖੇ ਨਹੀਂ ਨਹੀਂ ਇਹ ਨਹੀਂ ਗੱਲ ਅਤੇ ਮੇਰੇ ਨਾਲ ਇੱਦਾਂ ਵਾਧਾ ਘਟਾਇਆ ਹੋਇਆ ਅਤੇ ਫੇਰ ਬੂਹਾ ਖੋਲ੍ਹਿਆ ਅਤੇ ਟੂਬੀਆਂ ਉਹਨੇ ਕਿਹਾ ਆਹ ਹੁਣੇ ਮੇਰੇ ਕੋਲ ਤੁਲ ਕੇ ਆਈਆਂ ਉਹਨੇ ਕਿਹਾ ਜਾ ਕੋ ਅਕਲ ਦਾ ਇਲਾਜ ਕਰਾ ਕਿਉਂ ਕਮਲਾ ਹੋਇਆ ਅਤੇ ਕਿੱਦਾਂ ਦਾ ਸੀ ਬੰਦਾ ਉਹਨੇ ਕਿਹਾ ਇੱਦਾਂ ਸੁਦਾਗਰੀਆ ਬੰਦਾ ਲੱਗਦਾ ਮੈਨੂੰ ਉਹਨੇ ਕਿਹਾ ਬਸ ਫਿਰ ਤੇਰੀ ਕਿਸਮਤ ਹਰ ਗਈ ਕਿਤੇ ਕਮਲਿਆ ਬੰਦਿਆ ਉਹ ਤੇਰਾ ਹੈਗਾ ਸਾਂਢੂ ਅਸੀਂ ਦੋਵੇਂ ਭੈਣਾਂ ਇੱਕੋ ਜਿਹੀਆਂ ਸੀ ਸਾਡਾ ਸਕਾ ਮਾਂ ਪਿਓ ਭੁੱਲ ਜਾਂਦਾ ਸੀਗਾ ਵੀ ਨਸਰੀਨ ਕਿਹੜੀ ਅਤੇ ਪ੍ਰਵੀਨ ਕਿਹੜੀ ਇੱਕੋ ਜਿਹੀ ਸ਼ਕਲ ਸ਼ਬਾਸ ਸੀ ਸਾਡੀ ਅਤੇ ਇੱਕੋ ਜਿਹਾ ਹੀ ਸਾਡੇ ਮਾਂ ਪਿਓ ਨੇ ਸਮਾਨ ਦਿੱਤਾ ਉਹ ਵਿਆਹੀ ਗਈ ਸੁਦਾਗਰਾਂ ਅਤੇ ਮੈਂ ਪੈ ਗਈ ਕੰਜਰਾ ਤੇਰੇ ਪੇਟੇ ਔਂਤਰੇ ਨੇ ਖਤਰੇ ਦੇ ਅਤੇ ਜੇ ਕਿਤੇ ਉਹ ਮਿਲ ਜਾਵੇ ਤਾਂ ਦਵਾ ਦਾ ਸਲਾਮਾਂ ਲੈਕਮ ਲਵੀਂ ਜੇ ਕਿਤੇ ਪੁੱਠਾ ਹੱਥ ਵੀ ਝਾੜ ਦਿੱਤਾ ਅਤੇ ਆਪਣੀਆਂ 6 ਮਹੀਨਿਆਂ ਦੀਆਂ ਰੋਟੀਆਂ ਸਦਾਈਆ ਅਤੇ ਕਿਤੇ ਇਹ ਨਾ ਕਹਿ ਦੀ ਜੇ ਮੀਰਾ ਪੁੱਛੇ ਵੀ ਪ੍ਰਵੀਨ ਇੱਥੇ ਤਾਂ ਤੂੰ ਕਹਿਣਾ ਉਹ ਤਾਂ ਗਈ ਮਾਪਿਆਂ ਦੇ ਵਾਹਵਾ ਦਿਨਾਂ ਦੀ ਆਪਾਂ ਉਹਨਾਂ ਦੀ ਬਾਦਸ਼ਾਹ ਹੀ ਰੋਟੀ ਕਿੱਥੋਂ ਪਕਾ ਲਾਂਗੇ ਉਹ ਸੁਦਾਗਰ ਅਤੇ ਜੇ ਉਹ ਤੇਰੀ ਦਾਵਤ ਕਵੇ ਤਾਂ ਦਵਾ ਦਾਵ ਕਬੂਲ ਕਰ ਲਈ ਤਾਂ ਮੀਰਾ ਨਾਂ ਨਾਲ ਵੀ ਕਈ ਮਾਪਿਆਂ ਦੇ ਗਈ ਉਹਨੇ ਕਿਹਾ ਠੀਕ ਉਹਨੇ ਕਿਹਾ ਕਿਉਂ ਵੀ ਯੂਸਫਾ ਹੁਣ ਗੱਲ ਪੜ ਗਏ ਆ ਸੁਨਿਆਰਾ ਫਿਰ ਜਾ ਕੇ ਆਪਦਾ ਕੰਮ ਕਰਨ ਲੱਗ ਪਿਆ ਨਾਲੇ ਨਾਲੇ ਬੜਿਕਾਂ ਜੀਆਂ ਲਿਆ ਕਰੇ ਵੀ ਉਹ ਕਿੱਧਰ ਨਹੀਂ ਜਾਂਦਾ ਉਹ 5-4 ਦਿਨ ਗਿਆ ਹੀ ਨਾ ਉਹਨੇ ਕਿਹਾ ਜਾਣਾ ਸੀ 5ਵੇਂ 6ਵੇਂ ਦਿਨ ਸੜਕ ਥਾਣੀ ਲੰਘਦਾ ਕਰਦਾ ਉਹਨੇ ਚੱਕੇ ਕੰਨ ਸੁਨਿਆਰੇ ਨੇ ਪਿੱਛੋਂ ਦੀ ਜਫਾ ਆਣ ਪਾਇਆ ਉਹਨੇ ਕਿਹਾ ਹੋਵੇਂ ਸਾਂਢੂ ਤੇ ਰਵੇਂ ਪਰੇ ਪਰੇ ਯਾਰ ਆ ਤਾਂ ਕੋਈ ਗੱਲ ਨਹੀਂ ਉਹਨੇ ਕਿਹਾ ਮੈਂ ਕਿਹਾ ਗਰੀਬ ਬੰਦਾ ਕਾਹਨੂੰ ਇਹਨੂੰ ਦੱਸਣਾ ਅਸੀਂ ਤਾਂ ਸੁਦਾਗਰੀ 'ਤੇ ਆਏ ਸੀ ਸੁਣਾ ਸਾਡੀ ਭੈਣ ਦਾ ਕੀ ਹਾਲ ਆ ਉਹਨੇ ਕਿਹਾ ਉਹ ਤਾਂ ਗਈ ਮਾਪਿਆਂ ਦੇ ਅਤੇ ਨਹੀਂ ਤਾਂ ਤੁਹਾਡੀ ਫਿਰ ਮੈਂ ਰੋਟੀ ਪਕਾਉਂਦਾ ਯਾਰ ਅਤੇ ਚਾਹ ਚੂਹ ਪਿਆਈ ਉਹਨੂੰ ਖੈਰ ਖੁਸ਼ ਕੀਤਾ ਉਹਨੇ ਕਿਹਾ ਚੱਲ ਫਿਰ ਤੂੰ ਸਾਡੀ ਖਾ ਲਾ ਰੋਟੀ ਉਹਨੇ ਕਿਹਾ ਚਲੋ ਠੀਕ ਆ ਉਹਨੇ ਕਿਹਾ ਫਿਰ ਮੈਂ ਤੈਨੂੰ ਦੱਸਦਾ ਇੱਥੇ ਫਿਰਦਾ ਤੁਹਾਡਾ ਮੈਨੂੰ 5-4 ਦਿਨ ਲੱਗ ਜਾਣੇ ਹਜੇ ਇੱਥੇ ਦਿੱਤਾ ਗੇੜਾ ਸਰੋਂਗ ਥਾਣੀ ਉਹ ਪਹਿਲਾਂ ਚਲਿਆ ਗਿਆ ਸੁਨਿਆਰੇ ਨੇ ਜਾ ਦੱਸਿਆ ਕਹਿੰਦਾ ਟੱਕਰ ਗਿਆ ਵਾ ਸਾਂਢੂ ਉਹਨੇ ਕਿਹਾ ਚਲੋ ਖੈਰ ਹੋਵੇ ਫਿਰ ਉਹਨੇ ਕਿਹਾ ਮੇਰਾ ਤਾਂ ਨਹੀਂ ਨਾਂ ਲਿਆ ਨਹੀਂ ਕਹਿੰਦੀ ਤੇਰਾ ਨਹੀਂ ਮੈਂ ਨਾਂ ਲਿਆ ਮੈਂ ਕਿਹਾ ਮਾਪਿਆਂ ਦੇ ਗਈ ਉਹਨੇ ਕਿਹਾ ਚੰਗਾ ਕੀਤਾ ਚੱਲ ਉਹਨੇ ਕਿਹਾ ਹੁਣ ਖੈਰ ਹੋ ਜੂਗੀ ਅਤੇ ਜਾ ਕੇ ਕਰ ਕੰਮ ਜੇ ਤੇਰੀ ਰੋਟੀ ਕਵੇ ਤਾਂ ਕਦੇ ਜਾ ਕੇ ਤਾਂ ਆਪਦਾ ਜਿੱਦਾਂ ਮਰਜ਼ੀ ਸਿੱਧਾ ਪੱਧਰਾ ਕਰ ਲਈ ਅਸੀਂ ਚੰਗਾ ਮੀਰਾ ਨਾਲ ਨਾਂ ਲਵੀਂ ਉਹਨੇ ਕਿਹਾ ਨਹੀਂ ਲੈਂਦਾ ਉਹ ਹੁਣ ਯੂਸਫ ਨੇ ਥੱਲੇ ਬੈਠੇ ਨੇ ਸੁਣ ਲਿਆ ਉਹਨੇ ਕਿਹਾ ਹੁਣ ਦੱਸ ਕੀ ਕਰੀਏ ਵੀ ਸੁਨਿਆਰੀ ਜੀ ਉਹਨੇ ਕਿਹਾ ਹੁਣ ਤੂੰ ਇੱਦਾਂ ਕਰਨੀ ਆ ਵੀ ਉਹਦੀ ਕਹਿਣੀ ਆ ਰੋਟੀ ਅਤੇ ਮੇਰੇ ਵਾਲਾ ਸਾਰਾ ਸਾਜੋ ਸਮਾਨ ਉੱਥੇ ਜਹਾਜ਼ ਦੇ ਵਿੱਚ ਲਾ ਦੇਣਾ ਸਭ ਕੁਛ ਲਿਆ ਚੱਲਣਾ ਆਪਾਂ ਇੱਥੇ ਰਹਿਣ ਕੱਖ ਨਹੀਂ ਦੇਣਾ ਅਤੇ ਜਦੋਂ ਮੈਂ ਉੱਥੇ ਬਹਿ ਗਈ ਅਗਲੀ ਗੱਲ ਮੈਨੂੰ ਆਪੇ ਪੜ੍ਹਾਈ
ਤੇ ਹੋਰ ਪੜਾ ਦੂੰਗੀ। ਤੇ ਜਹਾਜ਼ ਦੀ ਚਾਬੀ ਲੱਗੀ ਹੋਵੇ ਵੀ ਜਦੋਂ ਸੁਨਿਆਰਾ ਰੋਟੀ ਖਾ ਕੇ ਬਾਹਰ ਨਿਕਲੇ ਤੇ ਜਹਾਜ਼ ਉੱਡ ਜਾਏ, ਇਹ ਨਾ ਹੋਵੇ ਵੀ ਉੱਥੇ 4 ਮਿੰਟ ਵੀ ਅੜਕੇ ਮੁੜ ਕੇ ਰੌਲਾ ਪੈ ਜਾਵੇ ਇੱਥੇ। ਉਹਨੇ ਕਿਹਾ ਨਹੀਂ ਇੱਦਾਂ ਹੀ ਹੋ, ਜਹਾਜ਼ ਦੇ ਵਿੱਚ ਹੀ ਉਹਨੇ ਕਿਹਾ ਰੋਟੀ ਖਵਾਉਣੀ ਪਿਆਉਣੀ ਆਪਾਂ। ਉਹਨੇ ਕਿਹਾ ਠੀਕ। ਰਾਤ ਨੂੰ ਆ ਗਿਆ ਸੁਨਿਆਰਾ, ਉਹਨੇ ਕਿਹਾ ਵੀ ਸਵੇਰੇ ਉਹ ਮੈਨੂੰ ਰੋਟੀ ਦਾ ਕਹਿ ਗਿਆ 9-10 ਵਜੇ ਦਾ। ਉਹਨੇ ਕਿਹਾ ਇੱਕ ਤਾਂ ਉੱਥੇ ਉੱਖੜ ਨਾ ਜਾਵੀਂ, ਐਵੇਂ ਛਿੱਤਰ ਨਾ ਖਾ ਲਵੀਂ ਵੀ ਤੂੰ ਇੱਥੇ ਬੈਠੀ ਹੈ, ਹੋਣੀ ਆ ਮੈਂ ਹੀ ਹੋਣਾ ਵਾਂ ਤਕਰੀਬਨ, ਮੇਰੇ ਵਰਗੀ ਜੋ ਉਹ ਮੇਰੀ ਭੈਣ, ਤੂੰ ਬਛੱਲਾ ਹਰ ਗੱਲ ਮੇਰੀ ਵਾਲੀ ਹੋਣੀ ਤੇ ਉੱਥੇ ਕਹਿ ਕੇ ਛਿੱਤਰ ਨਾ ਖਾ ਲਵੀਂ ਕਿਤੇ। ਬਾਜੀ ਜੀ ਭੈਣ ਜੀ ਕਹੀਦਾ ਹੁੰਦਾ, ਜਾਣ ਲੱਗਿਆਂ ਪਿਆਰ ਦੇਈਦਾ ਹੁੰਦਾ, ਤੇ ਹੁਣ ਬਹੁਤੇ ਤਾਂ ਨਹੀਂ, ਜਿਹੜੇ ਤੇਰੇ ਕੋਲ ਹੈਗੇ 5-7 ਹਜ਼ਾਰ ਉਹ ਦੇ ਦੇ, ਤੇ ਜਿੱਦਣ ਕਿਤੇ ਆਪਾਂ ਗਏ ਭਾਵਾਂ ਲੱਖਾਂ ਹੀ ਲੈ ਆਈਏ। ਉਹਨੇ ਕਿਹਾ ਠੀਕ। ਅਤੇ ਉਹਨੇ ਕਿਹਾ ਜਾਣ ਲੱਗਾ ਮੈਨੂੰ ਦੱਸ ਕੇ ਜਾਵੀਂ। ਉਹਨੇ ਕਿਹਾ ਹੁਣ ਸੁਰੰਗ ਥਣੀ ਸਾਰਾ ਸੌਦਾ ਇੱਥੋਂ ਕੱਢ ਲੈਣਾ ਆਪ, ਜਦੋਂ ਤੂੰ ਉਹਨੂੰ ਲੈ ਕੇ ਤੁਰ ਪਵੇਂ 2-2.5 ਘੰਟੇ ਤੂੰ ਲਾ ਦੇਣੇ ਬਾਜ਼ਾਰਾਂ 'ਚ ਫੇਰਦੇ ਨੇ ਚੀਜ਼ਾਂ ਲੈ ਕੇ ਦਿੰਦੇ ਨੇ, ਅਤੇ ਉਹਨਾਂ 'ਚ ਕਰੂੰ ਤੇਰੇ ਨੌਕਰ ਨਾ ਕਰ, ਇੱਥੋਂ ਸੁਰੰਗ ਥਣੀ ਆ, ਹੁਣ ਸਮਾਨ ਸਾਰਾ ਚੱਕ ਕੇ ਜਹਾਜ਼ ਦੇ ਵਿੱਚ ਤਿਆਰ ਕਰ। ਅਤੇ ਮਗਰੇ ਮੈਂ ਗਈ, ਅਤੇ ਜਦੋਂ ਸੁਨਿਆਰਾ ਰੋਟੀ ਖਾ ਕੇ ਬਾਹਰ ਨਿਕਲੇ ਉਦੋਂ ਚਾਬੀ ਲੱਗ ਜਾਏ, ਉਦੋਂ ਚਾਬੀ ਲੱਗ ਜਾਏ ਅਤੇ ਜਹਾਜ਼ ਉੱਡ ਖੜੋਵੇ। ਉਹਨੇ ਕਿਹਾ ਠੀਕ। ਅਤੇ ਫਿਰ ਚੱਲ ਕੇ ਤੇਰੇ ਵਾਲੀ ਦਾ ਪਤਾ ਕਰਾਂਗੇ ਵੀ ਉਹ ਚੱਕੀ ਚੱਲੇ ਤਾਰਾ। ਉਹਨੇ ਕਿਹਾ ਚੱਲ। ਉਹਨੇ ਭਾਈ ਇੱਦਾਂ ਹੀ ਕੀਤੀ, ਉਹਨੇ ਕਿਹਾ ਲੈ ਵੀ ਮੈਂ ਦੁਕਾਨ 'ਤੇ ਬੈਠਾ ਵਾਂ ਅਤੇ ਭੱਜਾ ਜਾ ਘਰੇ ਦੱਸਿਆ ਅਤੇ ਚੱਲੀਏ। ਉਹ ਸੁਨਿਆਰਾ ਦੱਸ ਗਿਆ ਘਰੇ ਆਣ ਕੇ, ਉਹਨੇ ਕਿਹਾ ਚੱਲਿਆ ਆ ਗਿਆ ਵਾ ਰੋਟੀ ਖਾਣ ਚੱਲਿਆ। ਉਹਨੇ ਕਿਹਾ ਲੈ ਮੈਂ ਤੈਨੂੰ ਕਹਿੰਦੀ ਛਿੱਤਰ ਨਾ ਖਾ ਲਵੀਂ ਵੀ ਤੂੰ ਇੱਥੇ ਬੈਠੀ ਇੱਦਾਂ ਮੂੰਹ ਕਹਿ ਕੇ। ਉਹਨੇ ਕਿਹਾ ਨਹੀਂ ਨਹੀਂ ਮੈਂ ਹੁਣ ਤਾਂ ਤੂੰ ਮੈਨੂੰ ਸਾਰੀ ਗੱਲ ਸਮਝਾਤੀ, ਹੁਣ ਮੈਂ ਪਾਗਲ ਹਾਂ। ਉਹਨੇ ਕਿਹਾ ਵੇਖੀ ਕਿਤੇ ਉੱਖੜਨਾ ਨਾ ਜਾਵੀਂ, ਫਿਰ ਰੌਲਾ ਪੈਂਦਾ ਫਿਰ ਉੱਥੇ ਛਿੱਤਰ ਪਹਿਣ ਦੇ। ਉਹਨੇ ਕਿਹਾ ਨਹੀਂ ਨਹੀਂ ਮੈਂ ਨਹੀਂ ਹੁਣ ਉੱਖੜਦਾ ਹੋਣਾ। ਉਹਨੇ ਕਿਹਾ ਐਨ ਮੇਰੇ ਵਰਗੀ ਜੋ ਮੈਂ ਹੀ ਹੋਣਾ ਤਕਰੀਬਨ, ਤੈਨੂੰ ਅਗਲੀ ਗੱਲ ਕੀ ਦੱਸਾਂ। ਉਹਨੇ ਕਿਹਾ ਠੀਕ। ਲਓ ਜੀ ਜਾ ਕੇ ਜੰਦਰਾ ਮਾਰਿਆ ਨੇ, ਉਹਨੇ ਪੁੱਧਰ ਦੀ ਘੱਲ ਦਿੱਤੇ ਜਿੰਨੇ ਸੀਗੇ ਬਾਈ ਵਰਗੇ ਵੀ ਚੱਕ ਲਿਓ ਸਮਾਨ ਸੁਰੰਗ ਥਾਣੀ। ਉਹ ਆਪਦਾ ਸੱਤੇ ਜਾਂਦੇ ਲਾ ਕੇ ਚਾਬੀਆਂ ਜੇਬ 'ਚ, ਉਹਨੇ ਸੁਰੰਗ ਥਾਣੀ ਸਮਾਨ ਕੱਢਿਆ, ਫਵਾ ਕੁੱਟਣੇ ਸੁਰੰਗ ਬੰਦ ਕਰਤੀ। ਉਹ ਜਹਾਜ਼ 'ਚ ਆਣ ਕੇ ਲੱਗ ਗਿਆ, ਉਹ ਤੁਰੀ ਫਿਰਦਾ ਰਿਹਾ, ਇੱਧਰ ਉੱਧਰ ਯੂਸਫ ਦੀਆਂ ਗਾਵਾਂ ਵਾਂ, ਇੱਧਰ ਮੇਰੀਆਂ ਵਾਂ, ਉੱਧਰ ਤੇਰੀਆਂ ਵਾਂ, ਆਹ ਸਾਰਾ ਕੁਛ ਆਪਣਾ ਵਾਂ ਅਤੇ ਉਹ ਵੀ ਆਪਣਾ ਅਤੇ ਉਹ ਵੀ ਆਪਣਾ ਵਾ। ਉਹਨੇ ਕਿਹਾ ਕੋਈ ਰੌਲਾ ਨਹੀਂ। ਸੁਨਿਆਰਾ ਬੜਾ ਖੁਸ਼ ਵੀ ਸਾਂਢੂ ਦੇ ਨਾਲ ਚੱਲੇ ਹਾਂ, ਇਹ ਨਹੀਂ ਪਤਾ ਮੇਰਾ ਘਰ ਬਾਰੀ ਲੈ ਚੱਲੇ ਆ। ਜਦੋਂ ਗਏ ਤਾਂ ਉਹੋ ਹੀ ਸਮਾਨ, ਉਹੋ ਹੀ ਪੇਟੀਆਂ, ਉਹੋ ਹੀ ਛਾਬੀਆਂ, ਉਹੋ ਹੀ ਭਾਂਡੇ ਦੇ ਖਾਣੇ ਤਿਆਰ। ਉਹਦਾ ਘੁੰਡ ਕੱਢਿਆ ਉਹਨੇ, ਐਂ ਘੁੰਡ ਬਾਈ ਕੀ ਹਾਲ ਆ। ਉਹਨੇ ਕਿਹਾ ਹੈ ਤਾਂ ਐਂ ਨਹੀਂ ਉਹ ਆ, ਪਰ ਉਹਨੇ ਦਿਲ ਥਾਵੇਂ ਕੀਤਾ ਵੀ ਉਹਨੇ ਜੋ ਸਮਝਾਇਆ ਸੀ, ਰੋਟੀ ਖਾਵੇ ਪਰ ਨੰਗੇ ਉਹਦੀ ਕਿੱਥੇ, ਉਹ ਕਵੇ ਬਾਈ ਸੰਗਦਾ ਵਾਂ। ਉਹ ਵਿਚਾਰਾ ਪਰੇਸ਼ਾਨ, ਬੁੜੀ ਮੇਰੀ ਇਹ ਕਿਵੇਂ ਆ ਗਈ ਇੱਥੇ, ਕੀ ਬੇੜਾ ਬਹਿ ਗਿਆ, ਚਿੜੀਆ ਚਲਿੱਤਰ ਬਣਦੇ ਜਾਣ। ਰੋਟੀ ਰਾਟੀ ਖਾ ਲਈ, ਉਹਨੇ ਕਿਹਾ ਚੰਗਾ ਵੀ ਭਰਾਵਾ ਮਿਲਦਾ, ਹੁਣ ਪਤਾ ਨਹੀਂ ਆਪਣੀ ਜ਼ਿੰਦਗੀ ਦੇ ਮੇਲੇ ਪਤਾ ਨਹੀਂ ਹੋਣੇ ਕਿ ਨਹੀਂ। ਅਤੇ ਅਸੀਂ ਚੱਲੇ, ਚੌਰੀ ਅਖਤਰ ਅਰਗੇ ਨੇ ਸਲਾਹ ਮਾਰ ਦਿੱਤਾ, ਜਹਾਜ਼ ਉੱਡ ਖੜੋਤਾ, ਸੁਨਿਆਰਾ ਭੱਜਾ ਘਰ ਨੂੰ, ਜਦੋਂ 7 ਜੰਦੇ ਖੁੱਲ੍ਹੇ ਨਾ ਸੂਈ ਨਾ ਉੱਥੇ ਸੜਾਈ। ਉਹਨੇ ਕਿਹਾ ਮਰ ਗਏ ਉਹ ਥਾਂ, ਰੁੜ ਗਿਆ ਮੇਰੇ ਨਾਲ ਚਿੜੀਆ ਚਲਿੱਤਰ ਖੇਡ ਗਈ। ਨਹੀਂ ਇੰਨੀ ਗੱਲ ਅਤੇ ਇੰਨੀ ਬਾਤ ਭਰਾਵਾ,